ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ। ਅੱਜ ਆਪਾਂ ਪੁਦੀਨੇ ਦੀ ਚਟਨੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਕੁੰਡੇ ਦੇ ਵਿੱਚ। ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਦੇ ਕੁੰਡੇ ਦੀ ਕੁੱਟੀ ਹੋਈ ਚਟਨੀ ਖਾਧੀ ਹੈ, ਅਤੇ ਜੇ ਖਾਧੀ ਹੈ ਤਾਂ ਤੁਹਾਨੂੰ ਮਿਕਸੀ ਵਾਲੀ ਪਸੰਦ ਆ ਜਾਂ ਕੁੰਡੇ ਦੀ ਕੁੱਟੀ ਹੋਈ। ਅਤੇ ਇੱਕ ਬੰਚ ਆਪਾਂ ਲੈ ਲਿਆ ਪੁਦੀਨੇ ਦਾ, ਡੰਡੀਆਂ ਤੋੜ ਲਈਆਂ, ਪੱਤੇ ਅਲੱਗ ਕਰ ਲਏ। ਇਹਨੂੰ ਪੁਦੀਨੇ ਨੂੰ 3 ਤੋਂ 4 ਵਾਰ ਧੋ ਕੇ ਸਾਫ਼ ਕਰ ਲਿਆ, ਮਿੱਟੀ ਬਹੁਤ ਹੁੰਦੀ ਹੈ ਇਹਦੇ ਵਿੱਚ। ਅਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਸਾਈਡ 'ਤੇ। ਅਤੇ ਆਪਾਂ ਲੈਂਦੇ ਹਾਂ ਪਿਆਜ਼। ਪਿਆਜ਼ 2 ਤੋਂ 3 ਤੁਸੀਂ ਆਪਣੀ ਚਟਨੀ ਕੁੱਟਣ ਦੇ ਮੁਤਾਬਕ ਪਰਿਵਾਰ ਦੇ ਹਿਸਾਬ ਨਾਲ ਲੈ ਸਕਦੇ ਹੋ। ਇੱਥੇ ਅਸੀਂ 2 ਤੋਂ 3 ਪਿਆਜ਼ ਪਾਏ ਨੇ। ਪਿਆਜ਼ ਛਿੱਲਣ ਤੋਂ ਬਾਅਦ ਇਹਦੇ ਵਿੱਚ ਆਪਾਂ ਅੰਬੀ ਹਰੀ ਮਿਰਚ ਪਾਉਣੀ ਹੈ, ਉਹਦੀਆਂ ਵੀ ਡੰਡੀਆਂ ਤੋੜ ਲਵਾਂਗੇ। ਅਤੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰਾਮ, ਯੂਟਿਊਬ ਅਤੇ ਫੇਸਬੁੱਕ ਦੇ ਪੇਜ ਤੋਂ। ਜੇ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਪੇਜ ਨੂੰ ਫੋਲੋ ਕਰ ਲਓ। ਇੱਥੇ ਬਰੀਕ ਬਰੀਕ ਆਪਾਂ ਪਿਆਜ਼ ਕੱਟ ਲੈਣੇ ਨੇ ਤਾਂ ਜੋ ਕੁੱਟਣ ਦੇ ਵਿੱਚ ਆਸਾਨੀ ਰਹੇ। ਅੰਬੀ ਛਿੱਲ ਲੈਣੀ ਹੈ। ਕੁੰਡੇ ਵਿੱਚ ਕੁੱਟੀ ਹੋਈ ਚਟਨੀ ਦਾ ਤਾਂ ਟੇਸਟ ਹੀ ਅਲੱਗ ਹੁੰਦਾ। ਕਿਸੇ ਵੀ ਦਾਲ ਨਾਲ ਤੁਸੀਂ ਚਟਨੀ ਬਣਾ ਕੇ ਖਾ ਸਕਦੇ ਹੋ, ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਗਰਮੀਆਂ ਦੇ ਵਿੱਚ ਇਕੱਲੀ ਚਟਨੀ ਨਾਲ ਹੀ 3-4 ਰੋਟੀਆਂ ਖਾਣ ਨੂੰ ਮਨ ਕਰਦਾ ਹੈ। ਜਿੱਥੇ ਆਪਾਂ ਇੱਕ ਅੱਧੀ ਰੋਟੀ ਖਾਣੀ ਹੁੰਦੀ ਹੈ, ਆਪਾਂ ਵੱਧ ਤੋਂ ਵੱਧ ਰੋਟੀ ਖਾਂਦੇ, ਚਟਨੀ ਬਹੁਤ ਸਵਾਦ ਲੱਗਦੀ ਹੈ। ਅਤੇ ਚਲੋ ਆਪਾਂ ਹੁਣ ਸ਼ੁਰੂ ਕਰਦੇ ਹਾਂ ਚਟਨੀ ਬਣਾਉਣੀ। ਉਸ ਤੋਂ ਪਹਿਲਾਂ ਆਪਾਂ ਕੁੰਡੇ ਦੇ ਵਿੱਚ ਨਮਕ ਪਾ ਲਾਂਗੇ, ਅਤੇ ਥੋੜ੍ਹਾ ਜਿਹਾ ਇੱਥੇ ਕਾਲਾ ਨਮਕ ਪਾਵਾਂਗੇ ਨਾਲ, ਅਤੇ ਥੋੜ੍ਹਾ ਜਿਹਾ ਭੁੰਨਿਆ ਹੋਇਆ ਜੀਰਾ ਪਾਇਆ ਹੈ। ਅਤੇ ਹਰੀਆਂ ਮਿਰਚਾਂ ਲਵਾਂਗੇ 5 ਤੋਂ 6, ਇਹਨਾਂ ਨੂੰ ਵੀ ਆਪਾਂ ਕੁੱਟ ਲਾਂਗੇ ਪਹਿਲਾਂ। ਅਤੇ ਚੰਗੀ ਤਰ੍ਹਾਂ ਕੁੱਟ ਲੈਣਾ, ਬੀਜ ਮਰ ਜਾਣ ਇਹਨਾਂ ਦੇ। ਪੁਦੀਨਾ ਆਪਾਂ ਨੂੰ ਗਰਮੀਆਂ ਦੇ ਵਿੱਚ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ, ਇਹ ਸਰੀਰ ਨੂੰ ਵੀ ਠੰਡਾ ਰੱਖਦਾ ਅਤੇ ਅੱਖਾਂ ਲਈ ਵੀ ਬਹੁਤ ਵਧੀਆ ਹੁੰਦਾ। ਹਰੀਆਂ ਮਿਰਚਾਂ ਹੁਣ ਆਪਾਂ ਚੰਗੀ ਤਰ੍ਹਾਂ ਕੁੱਟ ਲਈਆਂ ਨੇ, ਹੁਣ ਇਹਦੇ 'ਚ ਆਪਾਂ ਅੰਬੀ ਪਾਵਾਂਗੇ ਅਤੇ ਇਹਨੂੰ ਵੀ ਚੰਗੀ ਤਰ੍ਹਾਂ ਕੁੱਟ ਲਾਂਗੇ ਅਤੇ ਮੈਸ਼ ਜੀ ਕਰ ਲਵਾਂਗੇ। ਉਸ ਤੋਂ ਬਾਅਦ ਹੁਣ ਆਪਾਂ ਪਿਆਜ਼ ਪਾਵਾਂਗੇ, ਪਿਆਜ਼ਾਂ ਨੂੰ ਵੀ ਚੰਗੀ ਤਰ੍ਹਾਂ ਰਗੜਾ ਦੇ ਦਾਂਗੇ। ਪਿਆਜ਼ਾਂ ਨੂੰ ਚੰਗੀ ਤਰ੍ਹਾਂ ਕੁੱਟਣ ਤੋਂ ਬਾਅਦ ਇਹਦੇ ਵਿੱਚ ਆਪਾਂ ਪੁਦੀਨਾ ਜਿਹੜਾ ਧੋ ਕੇ ਰੱਖਿਆ ਸੀਗਾ ਉਹ ਇਹਦੇ ਵਿੱਚ ਪਾ ਦਾਂਗੇ, ਅਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਕੁੱਟ ਲੈਣਾ। ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਚਰਨਜੀਤ ਕਿਚਨ ਦੇ ਪੇਜ ਦੇ ਨਾਲ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ 'ਤੇ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ, ਕੋਈ ਨਵੀਂ ਹੋਰ ਰੈਸਪੀ ਲੈ ਕੇ। ਧੰਨਵਾਦ ਜੀ।